ਜੋ ਜੇਸੀਬੀ ਹੈਗੀ ਹੈ ਇਹਨੇ ਪੂਰੀ ਤਰੀਕੇ ਦੇ ਨਾਲ ਜੋ ਕੱਲ੍ਹ ਦਿੱਲੀ ਕੂਚ ਕਰਨਾ ਉਸ ਨੂੰ ਤਿਆਰ ਕਰ ਲਿਆ ਗਿਆ। ਜਿਹੜੇ ਇਹ ਲੋਹੇ ਦੇ ਬਣਾ ਕੇ ਇਹ ਪੱਤਰੇ ਲਗਾ ਦਿੱਤੇ ਗਏ ਆ ਤਾਂ ਕਿ ਟਾਇਰਾਂ ਦੇ ਉੱਤੇ ਕੋਈ ਗੋਲੀ ਨਾ ਲੱਗੇ, ਟਾਇਰ ਫੜ ਨਾ ਸਕਣ। ਅਗਰ ਉਧਰੋਂ ਕੋਈ ਆਸੂ ਗੈਸ ਦਾ ਗੋਲਾ ਸਿੱਟਿਆ ਜਾਵੇ ਜਾਂ ਕੋਈ ਬੁਲਟ ਪਲਾਸਟਿਕ ਦੀ ਮਾਰੀ ਜਾਵੇ ਜਾਂ ਕੋਈ ਹੋਰ ਬੁਲਟ ਚਲਾਈ ਜਾਵੇ ਤਾਂ ਪੂਰੀਆਂ ਤਿਆਰੀਆਂ ਉਹਦੇ ਲਈ ਵੀ ਕੀਤੀਆਂ ਗਈਆਂ। ਹਰਿਆਣਾ ਦੇ ਬਾਰਡਰ ਦੇ ਉੱਤੇ ਅੱਜ ਕਿਸਾਨਾਂ ਦਾ 8ਵਾਂ ਦਿਨ ਹੈ ਅਤੇ 8ਵੇਂ ਦਿਨ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਕਿਉਂਕਿ ਕੱਲ੍ਹ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਆ, ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਰਿਹਾ, ਜੇਸੀਬੀ ਜਿਹੜੀਆਂ ਮਸ਼ੀਨਾਂ ਉਹ ਤਿਆਰ ਕਰ ਲਈਆਂ ਗਈਆਂ, ਪੋਕਲੈਨਾਂ ਜਿਹੜੀਆਂ ਮਸ਼ੀਨਾਂ ਉਹ ਵੀ ਤਿਆਰ ਕਰ ਲਈਆਂ ਗਈਆਂ। ਇਹ ਸਭ ਤੋਂ ਪਹਿਲਾਂ ਮੈਂ ਤਸਵੀਰ ਦਿਖਾਊਂਗਾ ਕਿ ਇਸ ਸਮੇਂ ਜੋ ਜੇਸੀਬੀ ਹੈਗੀ ਹੈ ਇਹਨੂੰ ਪੂਰੀ ਤਰੀਕੇ ਦੇ ਨਾਲ ਜੋ ਕੱਲ੍ਹ ਦਿੱਲੀ ਕੂਚ ਕਰਨਾ ਉਸ ਨੂੰ ਤਿਆਰ ਕਰ ਲਿਆ ਗਿਆ। ਲੋਹੇ ਦੀਆਂ ਜਾਲੀਆਂ ਲਗਾ ਦਿੱਤੀਆਂ ਗਈਆਂ ਸ਼ੀਸ਼ਿਆਂ ਦੇ ਉੱਤੇ ਅਤੇ ਜੋ ਟਾਇਰਾਂ ਦੇ ਉੱਤੇ ਜਿਹੜੇ ਇਹ ਲੋਹੇ ਦੇ ਬਣਾ ਕੇ ਇਹ ਪੱਤਰੇ ਲਗਾ ਦਿੱਤੇ ਗਏ ਆ ਤਾਂ ਕਿ ਟਾਇਰਾਂ ਦੇ ਉੱਤੇ ਕੋਈ ਗੋਲੀ ਨਾ ਲੱਗੇ, ਟਾਇਰ ਫੜ ਨਾ ਸਕਣ। ਨਾਲ ਨਾਲ ਦੂਸਰੀ ਸਾਈਡ ਜਿਹੜਾ ਤਿਆਰੀ ਕੀਤੀ ਗਈ ਆ ਉਹ ਪੋਕਲੈਨ ਜਿਹੜੀ ਹੈਗੀ ਆ ਉਹ ਵੀ ਤਿਆਰ ਕੀਤੀ ਗਈ ਆ, ਨਾਲ ਉਹਦੇ ਇੱਕ ਛੋਟਾ ਜਿਹਾ ਰੂਮ ਬਣਾਇਆ ਗਿਆ, ਨਾਲ ਪੂਰੀਆਂ ਤਿਆਰੀਆਂ ਉਹਦੇ ਉੱਤੇ ਵੀ ਇਸੇ ਤਰੀਕੇ ਨਾਲ ਕੀਤੀਆਂ ਗਈਆਂ ਤਾਂ ਕਿ ਅਗਰ ਉਧਰੋਂ ਕੋਈ ਆਸੂ ਗੈਸ ਦਾ ਗੋਲਾ ਸਿੱਟਿਆ ਜਾਵੇ ਜਾਂ ਕੋਈ ਬੁਲਟ ਪਲਾਸਟਿਕ ਦੀ ਮਾਰੀ ਜਾਵੇ ਜਾਂ ਕੋਈ ਹੋਰ ਬੁਲਟ ਚਲਾਈ ਜਾਵੇ ਤਾਂ ਪੂਰੀਆਂ ਤਿਆਰੀਆਂ ਉਹਦੇ ਲਈ ਵੀ ਕੀਤੀਆਂ ਗਈਆਂ। ਕਿਸਾਨ ਪੂਰੀ ਤਰੀਕੇ ਨਾਲ ਤਿਆਰ ਹੈ, ਬੋਰੀਆਂ ਇੱਥੇ ਲਿਆਂਦੀਆਂ ਗਈਆਂ ਤਾਂ ਕਿ ਅਗਰ ਕੋਈ ਆਸੂ ਗੈਸ ਦਾ ਗੋਲਾ ਸਿੱਟੇ ਤਾਂ ਬੋਰੀਆਂ ਉੱਤੇ ਸਿੱਟ ਕੇ ਉਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਗਈਆਂ, ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਅਤੇ ਦਾਅਵਾ ਕੀਤਾ ਜਾ ਰਿਹਾ ਕਿ ਕੱਲ੍ਹ ਲਈ ਪੂਰੀ ਤਿਆਰੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਇੱਥੇ ਹੋਏਗਾ ਅਤੇ ਦਿੱਲੀ ਨੂੰ ਕੂਚ ਕਰੇਗਾ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਿਰਫ ਸ਼ੰਭੂ ਬਾਰਡਰ ਨਹੀਂ, ਖਨੌਰੀ ਬਾਰਡਰ ਅਤੇ ਇਸ ਤੋਂ ਇਲਾਵਾ ਡੱਬ ਵਾਲੀ ਜਿਹੜਾ ਬਾਰਡਰ ਹੈਗਾ ਹਰਿਆਣੇ ਦਾ ਉਸ ਸਾਈਡ ਵੀ ਪੂਰੀ ਤਿਆਰੀ ਕੀਤੀ ਗਈ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਲੰਬੀ ਤਸਵੀਰ ਜ਼ਰੂਰ ਦਿਖਾ ਦਿਓ ਕਿ ਕਿੱਡਾ ਇਕੱਠ ਇੱਥੇ ਟਰਾਲੀਆਂ ਦਾ ਹੈਗਾ। ਹੁਣੇ ਤੋਂ ਟਰਾਲੀਆਂ ਇੱਥੇ ਫੁੱਲ ਪਹੁੰਚ ਚੁੱਕੀਆਂ ਨੇ। ਹਾਲਾਂਕਿ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਵੀ ਹੈ ਕਿ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਕਿਸਾਨਾਂ ਨੂੰ ਤਾਂ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚਣ। ਸਾਡੇ ਨਾਲ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨੇ, ਨਾਲ ਨਾਲ ਕਿਸਾਨ ਵੀ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕੀ ਕਹਿੰਦੇ ਨੇ ਕੱਲ੍ਹ ਦੀਆਂ ਤਿਆਰੀਆਂ ਕੀ ਹੈ। ਕੀ ਨਾਮ ਹੈ ਜੀ ਤੁਹਾਡਾ? ਸੁਰਿੰਦਰਪਾਲ ਸਿੰਘ ਜੀ, ਆਕੜੀ। ਅੱਛਾ ਜੀ, ਕਿਵੇਂ ਦੇਖ ਰਹੇ ਹੋ ਕੱਲ੍ਹ ਦੀ ਤਿਆਰੀ ਕਿਵੇਂ ਰਹੇਗੀ? ਤੁਹਾਨੂੰ ਕੀ ਲੱਗਦਾ ਕਿ ਕੱਲ੍ਹ ਪੁਲਿਸ ਨੇ ਤਿਆਰੀ ਪੂਰੀ ਉਧਰੋਂ ਵੀ ਕਰ ਲਈ ਹੈ, ਤੁਸੀਂ ਵੀ ਕਰ ਲਈ, ਤੁਹਾਡੀ ਤਿਆਰੀ ਤਾਂ ਦੇਖ ਰਹੇ ਹਾਂ, ਪੁਲਿਸ ਨੇ ਉਧਰੋਂ ਵੀ ਤਿਆਰੀ ਕਰ ਲਈ, ਜੋ ਪੈਰਾਮਿਲਟਰੀ ਫੋਰਸਸ ਲਗਾਈਆਂ ਗਈਆਂ ਉਹਨਾਂ ਵੱਲੋਂ ਵੀ ਪੂਰੀ ਤਿਆਰੀ ਆ ਕਿ ਰੋਕਣਾ ਤੁਹਾਨੂੰ? ਤੁਸੀਂ ਕਹਿ ਰਹੇ ਹੋ ਕਿ ਜਾਣਾ, ਕੱਲ੍ਹ ਜਾ ਪਾਓਗੇ? ਦੇਖੋ ਜੀ, ਅਸੀਂ ਵਾਹਿਗੁਰੂ ਦਾ ਨਾਮ ਲੈ ਕੇ 13 ਤਰੀਕ ਦੇ ਇੱਥੇ ਬੈਠੇ ਹਾਂ। ਜੇ ਕੋਈ ਮਸਲਾ ਹੱਲ ਹੋ ਜਾਵੇ, ਸੈਂਟਰ ਦੇ ਵਜ਼ੀਰ ਆਉਂਦੇ ਸੀ, ਸੈਂਟਰ ਦੇ ਮੰਤਰੀ ਆਉਂਦੇ ਸੀ, ਚੰਡੀਗੜ੍ਹ 26 ਦੇ ਵਿੱਚ 4 ਮੀਟਿੰਗਾਂ ਹੋ ਗਈਆਂ, ਕੋਈ ਹੱਲ ਨਹੀਂ ਹੋਇਆ। ਹੁਣ ਉਹ ਤੋਂ ਬਾਅਦ ਜਦ ਕੋਈ ਹੱਲ ਨਹੀਂ ਹੋਇਆ, ਸਰਕਾਰ ਨੇ ਹੱਥ ਖੜ੍ਹੇ ਕਰਤੇ, ਸਾਡੀ ਕੋਈ ਵੀ ਮੰਗ ਮੰਨਣ ਨੂੰ ਤਿਆਰ ਨਹੀਂ, ਫਿਰ ਹੁਣ ਸਾਡੇ ਕੋਲ ਕੋਈ ਤਰੀਕਾ ਨਹੀਂ। ਅਸੀਂ ਗੁਰੂ ਦਾ ਨਾਂ ਲੈ ਕੇ ਕਰਕੇ ਅਰਦਾਸਾਂ, ਸਾਡੇ ਟਰੈਕਟਰ ਟਰਾਲੀਆਂ JVCਆਂ ਪੋਪਲੈਨ ਬੈਗ ਸਾਰੀਆਂ ਤਿਆਰ ਹੈ, ਟਰਾਲੀਆਂ 'ਚ ਲੱਕੜਾਂ ਅਸੀਂ ਟਰਾਲੀਆਂ ਦੀਆਂ ਭਰ ਲਈਆਂ, ਰਾਸ਼ਨ ਸਾਡੇ ਕੋਲ ਹੈ, ਟਰੈਕਟਰ ਟਰਾਲੀਆਂ, ਨੌਜਵਾਨ ਬਜ਼ੁਰਗ ਬੱਚੇ ਬੀਬੀਆਂ ਸਾਡੇ ਨਾਲ ਹੈ। ਅਸੀਂ ਸਵੇਰੇ ਗੁਰੂ ਦਾ ਲੈ ਕੇ ਨਾਂ ਕਰਕੇ ਅਰਦਾਸਾਂ ਬੜੀ ਸ਼ਾਂਤੀ ਗੱਲ ਬੜੇ ਪ੍ਰੇਮ ਨਾਲ 11 ਵਜੇ ਦਿੱਲੀ ਨੂੰ ਕੂਚ ਕਰ ਜਾਣਾ ਮਾਰ ਕੇ ਨਾਰੇ। ਅੱਛਾ, ਤਾਂ ਤੋਂ ਰੋਕਣ ਨੂੰ ਤਿਆਰੀਆਂ ਵੀ ਕੀਤੀਆਂ ਉਧਰ, ਤਿਆਰ ਹੋ ਤੁਸੀਂ ਪੂਰੇ ਤਰੀਕੇ ਨਾਲ? ਦੇਖੋ ਜੀ, ਇਹ ਤਾਂ ਤਿਆਰੀਆਂ ਕਿਤੇ ਅੱਜ ਦੀਆਂ ਨਹੀਂ ਹੋ ਰਹੀਆਂ, ਸਦੀਆਂ ਤੋਂ ਲੈ ਕੇ ਪੰਜਾਬ ਦੇ ਨਾਲ ਸਾਡੇ ਭਾਈਚਾਰੇ ਨਾਲ ਵਿਤਕਰਾ ਹੁੰਦਾ ਆ ਰਿਹਾ। ਸਾਨੂੰ ਕੋਈ ਪਰਵਾਹ ਨਹੀਂ ਖੱਟੜ ਦੀ, ਉਹਦੀਆਂ ਆਪਣੀਆਂ ਤਿਆਰੀਆਂ, ਉਹਦੇ ਨਾਲ ਸਰਕਾਰ ਹੈ, ਉਹਦੇ ਨਾਲ ਮੋਦੀ ਆ, ਉਹਦੇ ਕੋਲ ਅਸਲਾ ਹੈ, ਉਹਦੇ ਕੋਲ ਫੋਰਸ ਹੈ, ਸਾਡੇ ਕੋਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਂ ਹੈ। ਅਸੀਂ ਤਾਂ ਰੱਬ ਨੂੰ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਹੈ,
ਅਸੀਂ ਮਜ਼ਦੂਰ ਕਿਸਾਨ ਹੈ, ਖੇਤੀ ਕਰਨ ਵਾਲੇ, ਕਾਸ਼ਤ ਕਰਨ ਵਾਲੇ ਲੋਕ ਹੈ। ਅਸੀਂ ਕੋਈ ਬਦਮਾਸ਼ ਨਹੀਂ, ਅਸੀਂ ਕੋਈ ਲੜਾਈ ਕਰਨ ਵਾਲੇ ਬੰਦੇ ਨਹੀਂ। ਪਰ ਇੱਥੇ ਜਦ ਹੁਣ ਸਾਡਾ ਕੋਈ ਹੱਲ ਨਹੀਂ ਹੋਇਆ ਤਾਂ ਖੱਟੜ ਸਾਹਿਬ ਨੂੰ ਜੇ ਪੁੱਛਿਆ ਜਾਵੇ ਤਾਂ ਇਹ ਸਾਰੇ ਹਰਿਆਣੇ ਦਾ ਕੋਈ ਠੇਕਾ ਲੈ ਲਿਆ। ਅਸੀਂ ਕੋਈ ਸ਼ਹਿਰਾਂ 'ਚ ਪੜ੍ਹਨਾ, ਅਸੀਂ ਕਿਤੇ ਪਿੰਡਾਂ 'ਚ ਜਾਣਾ, ਅਸੀਂ ਤਾਂ ਰੋਡੋ ਰੋਡ ਆਪਣੀਆਂ ਟਰਾਲੀਆਂ, ਆਪਣੇ ਟਰੈਕਟਰ ਲੈ ਕੇ, ਰਾਸ਼ਨ ਲੈ ਕੇ ਦਿੱਲੀ ਮੋਦੀ ਸਾਹਿਬ ਨੂੰ ਦੱਸਣ ਵਾਸਤੇ ਜਾਣਾ, ਭਾਈ ਸਾਡੇ ਮਸਲੇ ਹੱਲ ਕਰਦੇ। ਅਸੀਂ ਰੋਸ ਹੈ, ਸਾਡਾ ਕਿਸਾਨ, ਸਾਡਾ ਮਜ਼ਦੂਰ ਮਰ ਰਿਹਾ, ਸਾਨੂੰ ਲਾਗਤਾਂ ਨਹੀਂ ਪੂਰੀਆਂ ਮਿਲ ਰਹੀਆਂ, ਸਾਨੂੰ ਰਸਾਇਣਕ ਖਾਦਾਂ ਨਹੀਂ ਸਹੀ ਮਿਲ ਰਹੀਆਂ, ਕੀੜੇ ਮਾਰ ਦਵਾਈਆਂ ਨਹੀਂ ਸਹੀ ਮਿਲ ਰਹੀਆਂ, ਨੁਕਸਾਨ ਹੋ ਰਿਹਾ ਕਿਸਾਨ ਮਜ਼ਦੂਰ ਦਾ। ਅਸੀਂ ਤਾਂ ਆਪਣੀ ਫਰਿਆਦ ਲੈ ਕੇ ਜਾਵਾਂਗੇ, ਅਸੀਂ ਕੋਈ ਲੜਨ ਵਾਸਤੇ ਨਹੀਂ ਜਾਵਾਂਗੇ। ਅੱਗੇ ਪਰਮੇਸ਼ਰ ਜਾਣਦਾ, ਕੱਲ੍ਹ ਨੂੰ 11 ਵਜੇ ਸ਼ੁਰੂ ਆ ਕੰਮ, ਸਾਡੀ ਫੁੱਲ ਤਿਆਰੀ ਆ, ਸਾਡੇ ਆਗੂਆਂ ਵੱਲੋਂ ਸਾਨੂੰ ਹੁਕਮ ਹੋ ਚੱਲੇ ਆ, ਜਿਹੜੀਆਂ ਸਾਡੀਆਂ ਇੱਥੇ ਮੀਟਿੰਗਾਂ ਹੋਈਆਂ ਉਹ ਖਤਮ ਹੋ ਚੱਲੀਆਂ। ਉਹਨਾਂ ਨੇ ਸਾਡੀ ਕੋਈ ਮੀਟਿੰਗ 'ਤੇ ਕੋਈ ਮੰਗ 'ਤੇ ਗੌਰ ਨਹੀਂ ਕਰੀ, ਅਸਰ ਨਹੀਂ ਕਰਿਆ। ਹੁਣ ਵਾਹਿਗੁਰੂ ਦਾ ਨਾਂ ਲੈ ਕੇ ਕੱਲ੍ਹ ਨੂੰ 11 ਵਜੇ ਕੂਚ ਕਰ ਦੇਣਾ ਜੀ। ਇਹ ਜਜ਼ਬਾ ਹੈਗਾ, ਇਹਨਾਂ ਨਾਲ ਗੱਲਬਾਤ ਕਰਦੇ ਆ, ਤੁਹਾਡੇ ਨਾਲ ਵੀ ਗੱਲਬਾਤ ਕਰ ਲੈਂਦੇ। ਤੁਸੀਂ ਕੀ, ਤੁਹਾਨੂੰ ਪਹਿਲਾਂ ਇਹ ਡਰ ਡੁਰ ਨਹੀਂ ਲੱਗਦਾ ਕਿ ਉਹ ਅੱਗੇ ਤਾਂ ਇੰਨੀ ਜ਼ਿਆਦਾ ਫੋਰਸ ਖੜੀ ਹੈ, ਉਹਨਾਂ ਕੋਲ ਬੜੇ ਹਾਈਟੈਕ ਹਥਿਆਰ ਨੇ, ਡਰ ਡੁਰ ਨਹੀਂ ਲੱਗਦਾ? ਜਿਹੜੇ ਸਿੱਟਦੇ ਉੱਧਰ ਗੋਲੇ, ਉਹ ਵੀ 10-15 ਤਰ੍ਹਾਂ ਦੇ ਹੈਗੇ, ਜਿਹੜੇ ਆ ਕੇ ਡਿੱਗਦੇ, ਕੋਈ ਪਟਾਕਾ ਪਾਉਂਦਾ, ਕੋਈ ਕੋਈ ਉਹਦੇ ਇਸ 'ਚੋਂ ਗੈਸ ਨਿਕਲਦੀ ਹੈ, ਕੋਈ ਐਕਸਪਾਇਰ ਹੈ, ਡਰ ਡੁਰ ਨਹੀਂ ਲੱਗਦਾ? ਇਹੋ ਜਿਹੀ ਸ਼ਹੀਦੀ ਪਾਉਣ ਤੋਂ ਬਿਨਾਂ ਹੋਰ ਸਾਡੇ ਕੋਲ ਕੀ ਹੈਗਾ? ਕੋਈ ਹੱਲ ਨਹੀਂ ਗਾ। ਅਸੀਂ ਬੰਦਾ ਸਿੰਘ ਬਹਾਦਰ ਦੇ ਵਾਰਸਾਂ, ਗੁਰੂ ਗੋਬਿੰਦ ਸਿੰਘ ਦੇ, ਬਘੇਲ ਸਿੰਘ ਦੇ ਵਾਰਸਾਂ, ਸਾਨੂੰ ਡਰ ਕੇ ਅਸੀਂ ਤਾਂ ਸ਼ਹੀਦੀਆਂ 'ਚ ਹੀ ਜੰਮੇ ਹਾਂ। ਸਾਡੇ ਜਵਾਨ ਆ ਜਿਹੜੇ ਸ਼ਹੀਦੀਆਂ ਦਿੰਦੇ ਆ ਦੇਸ਼ ਲਈ, ਅਸੀਂ ਆਪਦੇ ਹੱਕਾਂ ਲਈ ਹੁਣ ਸ਼ਹੀਦੀਆਂ ਦੇਣੀਆਂ ਪੈਣੀਆਂ। ਸਾਨੂੰ ਕੋਈ ਡਰ ਨਹੀਂ ਲੱਗਦਾ, ਡਰ ਸਰਕਾਰ ਨੂੰ ਲੱਗ ਰਿਹਾ, ਸਰਕਾਰ ਡਰੀ ਹੋਈ ਹੈ ਸਾਥੋਂ। ਜੇ ਸਰਕਾਰ ਨਾ ਡਰੀ ਹੁੰਦੀ ਤਾਂ ਇੰਨਾ ਪ੍ਰਬੰਧ ਨਾ ਕੀਤਾ ਹੁੰਦਾ। ਪ੍ਰਚਾਰ ਇਹ ਕੀਤਾ ਜਾਂਦਾ, ਲਗਾਤਾਰ ਪ੍ਰਚਾਰ ਇਹ ਕੀਤਾ ਜਾਂਦਾ, ਤੁਹਾਡੇ ਨਾਲ ਗੱਲ ਕਰਦੀ ਹਾਂ, ਪ੍ਰਚਾਰ ਇਹ ਕੀਤਾ, ਕਹਿੰਦੇ ਕਿਸਾਨ ਪਰੇਸ਼ਾਨ ਕਰ ਰਹੇ ਆ, ਹੁਣ ਤੱਕ ਇਹੀ ਪ੍ਰਚਾਰ ਹੋ ਰਿਹਾ, ਕਰ ਰਹੇ ਹੋ ਤੁਸੀਂ? ਕਿਸਾਨ ਨਹੀਂ ਪਰੇਸ਼ਾਨ ਕਰ ਰਿਹਾ, ਕਿਸਾਨ ਆਪਦੇ ਹੱਕ ਮੰਗ ਰਿਹਾ। ਪਰੇਸ਼ਾਨ ਉਹ ਕਰ ਰਿਹਾ, ਮੋਦੀ ਡਰਿਆ ਪਿਆ, ਮੋਦੀ ਵੀ ਡਰਿਆ ਪਿਆ, ਖੱਟਰ ਵੀ ਡਰਿਆ ਪਿਆ, ਉਹ ਡਰੇ ਪਏ ਨੇ, ਡਰੇ ਉਹ ਇੰਨੇ ਇੰਨੀਆਂ ਪ੍ਰਬੰਧ ਕਰਨ ਦਾ, ਕਿਸਾਨ ਨਹੀਂ ਡਰਿਆ, ਕਿਸਾਨ ਆਪਦੇ ਸਟੈਂਡ ਤੇ ਖੜਾ। ਪਰੇਸ਼ਾਨ ਕਰਦੇ ਹੋ ਨਾ? ਕੋਈ ਪਰੇਸ਼ਾਨ ਨਹੀਂ, ਹਥਿਆਰ ਸਾਡੇ ਕੋਲ, ਡੰਡਾ ਹੀ ਹੈ, ਡੰਡਾ ਝੰਡਾ ਵੀ ਹੈਗਾ। ਤੁਸੀਂ ਕੀ ਕਹਿਣਾ? ਨਹੀਂ ਜੀ, ਸਾਨੂੰ ਕੋਈ ਡਰ ਨਹੀਂ ਹੈਗਾ, ਗੁਰੂ ਮਹਾਰਾਜ ਦੀ ਕਿਰਪਾ ਜੀ। ਬਾਕੀ ਇਹਨਾਂ ਨੂੰ ਮੋਦੀ ਸਾਹਿਬ ਨੂੰ ਡਰ ਹੋਇਆ ਵਾ, ਜਾਣ 'ਚ ਪ੍ਰੋਬਲਮ ਕੀ ਆ ਪਹਿਲਾਂ ਇਹ ਦੱਸਣ। ਹੋਰ ਵੀ ਧਰਨੇ, ਕੋਈ ਪਾਰਟੀਆਂ ਇਹ ਰੈਲੀਆਂ ਕਰਦੇ ਨੇ, ਕੁਛ ਹੋਰ ਕਰਦੇ ਨੇ, ਸਭ ਕੁਛ ਹੁੰਦਾ ਦਿੱਲੀ 'ਚ। ਕਿਸਾਨਾਂ ਤੋਂ ਹੀ ਇਹਨਾਂ ਨੂੰ ਪ੍ਰੋਬਲਮ ਹੈ, ਟਰੈਕਟਰ ਕਾਹਦੇ ਵਾਸਤੇ ਬਣਿਆ, ਖੇਤੀਬਾੜੀ ਵਾਸਤੇ ਤੇ ਕੋਈ ਜਾਣ ਵਾਸਤੇ? ਹੁਣ ਟਰੈਕਟਰ ਦੀ ਗੱਲ ਕੀਤੀ, ਇਹਨਾਂ ਗੱਲਬਾਤ ਕਰਦੇ ਹੋ, ਕਹਿੰਦੇ ਟਰੈਕਟਰ ਤੋਂ ਵੀ ਆਬਜੈਕਸ਼ਨ ਆ ਰਿਹਾ ਹਨਾ, ਤੇ ਸੀਐਮ ਕਹਿੰਦੇ ਕਿ ਟਰੈਕਟਰ ਕਿਉਂ ਲੈ ਕੇ ਜਾਂਦੇ? ਕਹਿੰਦੇ ਵੇਖੋ, ਸਾਡੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਹੈਗਾ ਜਦ ਤੇ ਅਸੀਂ ਜਾਈਏ, ਕੋਈ ਇੰਨੇ ਟਰੈਕਟਰ ਤਾਂ ਖੇਤੀਬਾੜੀ ਲਈ, ਖੇਤੀਬਾੜੀ ਲਈ ਹੈ, ਪਰ ਸਾਡੇ ਕੋਲ ਅਸੀਂ ਇੰਨੇ ਅਮੀਰ ਨਹੀਂ ਕਿ ਜਿਹੜੀਆਂ ਹੋਰ ਇਹਨਾਂ ਦੀਆਂ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਲੈ ਕੇ ਜਾ ਸਕੀਏ। ਜੋ ਸਾਡੇ ਕੋਲ ਸੰਦ ਨੇ ਅਸੀਂ ਉਹੀ ਲੈ ਕੇ ਖੜਾਂਗੇ, ਇਸ ਵਾਸਤੇ ਅਸੀਂ ਆਪਣੇ ਜੋ ਕੁਛ ਸਾਡੇ ਕੋਲ ਔਜ਼ਾਰ ਹੈ ਨੇ ਉਹੀ ਲੈ ਕੇ ਜਾਵਾਂਗੇ। ਜਿਸ ਤਰ੍ਹਾਂ ਅਸੀਂ ਹੁਣ ਪਿੰਡਾਂ 'ਚੋਂ ਆਮ ਲੋਕਾਂ ਨੂੰ ਖੜ ਰਹੇ ਹਾਂ ਨਾਲ, ਉਹਨਾਂ ਨੂੰ ਜੇ ਅਸੀਂ ਗੱਡੀਆਂ ਕਰਕੇ ਖੜਾਂਗੇ, ਸਾਡੇ ਕੋਲ ਤਾਂ ਟਰੈਕਟਰਾਂ 'ਚ ਤੇਲ ਪਾਉਣ ਜੋਗਾ ਖਰਚਾ ਨਹੀਂ ਹੈਗਾ, ਅਤੇ ਅਸੀਂ ਹੋਰ ਗੱਡੀਆਂ ਦਾ ਖਰਚਾ ਇੰਨਾ ਕਿੰਨਾ ਵਾ ਕਿਵੇਂ ਭਰਾਂਗੇ? ਹੁਣ ਉਹਨਾਂ ਦੇ ਵਿੱਚ ਅਸੀਂ ਆਪਣਾ ਸਾਰਾ ਰਾਸ਼ਨ, ਦੋ ਬੋਰੇ, ਦੋ ਕੁਇੰਟਲ ਆਟਾ ਭਿਆ ਕੇ ਰੱਖਿਆ, ਦੋ ਸਿਲੰਡਰ ਆਪਣੇ ਰੱਖੇ ਆ ਵਿੱਚ, ਆਪਣੀਆਂ ਭੱਠੀਆਂ ਵਿੱਚ ਰੱਖੀਆਂ, ਲੋਹਾ ਰੱਖੀਆਂ ਨੇ। ਪਤਾ ਨਹੀਂ ਸਾਨੂੰ ਕਿੱਥੇ ਸਰਕਾਰ ਨੇ ਰੋਕ ਦੇਣਾ, ਅਤੇ ਸਾਨੂੰ 10 ਦਿਨ 20 ਦਿਨ ਵੀ ਭਾਵੇਂ ਕੱਟਣੇ ਪੈਣਗੇ, ਉਹ ਅਸੀਂ ਬੜੇ ਆਰਾਮ ਨਾਲ ਕੱਟ ਕੇ ਜਾਵਾਂਗੇ, ਅਤੇ ਇਹਨਾਂ ਸਰਕਾਰਾਂ ਦਾ ਹਮੇਸ਼ਾ ਡੱਟ ਕੇ ਮੁਕਾਬਲਾ ਕਰਦੇ ਰਹਾਂਗੇ, ਕਦੀ ਪਿਛਾ ਨਹੀਂ ਹਟਾਂਗੇ। ਆਪਾਂ ਪ੍ਰਣ ਕਰਕੇ ਆਏ ਹਾਂ, ਸਾਡਾ ਜ਼ਿਲ੍ਹਾ ਗੁਰਦਾਸਪੁਰ, ਨਾਮ ਮੇਰਾ ਹਜੂਰ ਸਿੰਘ,
ਅਸੀਂ ਪਰਨ ਕਰਕੇ ਆਏ ਹਾਂ। ਵੇਖੋ ਛੋਟੇ ਛੋਟੇ ਬੱਚੇ ਜਿਹੜੇ ਅਸੀਂ ਪੋਤੀਆਂ ਪੋਤੇ ਘਰਾਂ ਵਿੱਚ ਛੱਡ ਕੇ ਆਏ ਹਾਂ, ਅੱਜ ਸਾਨੂੰ ਉਹ ਵਾਰ ਵਾਰ ਫੋਨ ਕਰਕੇ ਪੁੱਛ ਰਹੇ ਨੇ, ਬਾਪੂ ਜੀ, ਪਿਤਾ ਜੀ, ਦਾਦਾ ਜੀ, ਤੁਸੀਂ ਕਿੱਥੇ ਕੁ ਪਹੁੰਚ ਚੁੱਕੇ ਹੋ, ਇੱਥੇ ਕੀ ਕਰੋਗੇ ਤੁਸੀਂ ਜਾ ਕੇ, ਉੱਥੇ ਸਰਕਾਰ ਨਾਲ ਲੜੋਗੇ, ਅਜੇ ਲੜਾਈ ਹੋਏਗੀ ਤੁਹਾਡੀ ਉੱਥੇ। ਅਸੀਂ ਆਖਿਆ ਵੀ ਜੋ ਵੀ ਸਰਕਾਰ ਕਰੇ ਨਾ, ਉਹ ਅਸੀਂ ਆਪਣੇ ਸੀਨੇ 'ਤੇ ਹਟਾਵਾਂਗੇ, ਕਦੀ ਪਿਛਾ ਨਹੀਂ ਹਟਾਂਗੇ। ਗੁਰੂ ਗੋਬਿੰਦ ਸਿੰਘ ਦੇ ਵਾਰਸਾਂ, ਉਸ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੇ ਕਿਹਾ ਪੰਥ ਵਸੇ ਮੈਂ ਉੱਜੜਾਂ, ਉਹ ਆਪ ਉੱਜੜ ਗਿਆ ਅਤੇ ਸਾਨੂੰ ਵਸਾ ਗਿਆ, ਅਤੇ ਅਸੀਂ ਉਹ ਵੱਸਦੇ ਰਹਾਂਗੇ ਅਤੇ ਉਸ ਮਾਲਕ ਦੇ ਉਹ ਅਰਦਾਸਾਂ ਕਰਕੇ ਤੁਰਾਂਗੇ, ਕਦੀ ਪਿਛਾ ਨਹੀਂ ਹਟਾਂਗੇ। ਇਹਨੇ ਕਿਸਾਨ ਜਿਹੜੇ ਕਿ ਪੂਰੀ ਤਿਆਰੀ ਕਰਕੇ ਬੈਠੇ ਆ ਉੱਧਰ, ਹਾਲਾਂਕਿ ਹਰਿਆਣਾ ਸਰਕਾਰ ਵੀ ਪੂਰੀ ਤਿਆਰੀ ਕਰਕੇ ਬੈਠੀ ਆ, ਲੇਕਿਨ ਹੁਣ ਕੱਲ੍ਹ ਦੇਖਣਾ ਹੋਏਗਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ ਕਿਸਾਨ ਇਕੱਠੇ ਹੁੰਦੇ ਨੇ। ਕੈਮਰਾਮੈਨ ਤੁਸੀਂ ਬਹਿਰਾ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਸ਼ੰਭੂ ਬਾਰਡਰ।